परम सत्कारयोग सासंगत जी अपनी अपनी मन बिरतु एकागर कर लीए तो गज के आख लीए धन श्री सतगुरु राम सिंह सच्चे पातशाह जी धन श्री सतगुरु जगजीत सिंह सच्चे पातशाह जी सासंग जी अज की साखी का विषय है चार अखरा मंत्र वरतावे सिखा ने सच्चे पातशाह जी ने अर्ज की जी अंग्रेजा का कि का राज है वचन किता तने का वणे तो व्ढे गए हैं थले हा थले वाला हिस्सा ही रह गया है दो टप मारे हैं तिर तीसरे टपग पवेगा बचन किता पाप दंज लाबलू ताया जोरी मंगे दान वे लालो जो ज सो जंज अजे आनी है बचन पूरा होगा बचन पूरा होगा ਮਹਾਭਾਰਤ ਯੁੱਗ ਮਹਾਭਾਰਤ ਯੁੱਧ ਦੇਵ ਤੋਂ ਬਾਅਦ ਪਾਂਡਵਾਂ ਨੂੰ ਰਾਜ ਮਿਲਿਆ ਉਹਨਾਂ ਨੇ ਕਾਫੀ ਸਮਾਂ ਰਾਜ ਕੀਤਾ ਫਿਰ ਕਾਲ ਯੁੱਗ ਸ਼ੁਰੂ ਹੋਣ ਵਾਲਾ ਸੀ ਪੰਜੋ ਪਾਂਡਵਾਂ ਨੂੰ ਅਕਾਲਪੁਰਖ ਸ਼੍ਰੀ ਕ੍ਰਿਸ਼ਨ ਜੀ ਦਾ ਹੁਕਮ ਹੋਇਆ ਕਾਲ ਯੁੱਗ ਦਾ ਰਾਜ ਲੈ ਲਵੋ ਪਾਂਡਵਾਂ ਨੇ ਕਾਲ ਯੁੱਗ ਵਿੱਚ ਰਾਜ ਕਰਨ ਨੂੰ ਮਨ੍ਹਾ ਕਰ ਦਿੱਤਾ ਰਾਜ ਭਾਗ ਨੂੰ ਛੱਡ ਕੇ ਹਿਮਾਲਿਆ ਪਰਬਤ ਵੱਲੇ ਚਲੇ ਗਏ ਹੋਰ ਸਭ ਬਰਫ਼ ਵਿੱਚ ਚੱਲ ਗਏ ਹੋਰ ਸਭ ਬਰਫ਼ ਵਿੱਚ ਗਲ ਗਏ ਤੇ ਆਪਣਾ ਸਰੀਰ ਛੱਡ ਗਏ ਰਾਜਾ ਯੁਦਿਸ਼thਿਰ ਨਾ ਗਲਿਆ ਰਾਜਾ ਯੁਦਿਸ਼thਿਰ ਨੇ ਸਾਰੀ ਉਮਰ ਵਿੱਚ ਝੂਠ ਨਹੀਂ ਬੋਲਿਆ ਸੀ ਸੱਚ ਬੋਲਣ ਕਰਕੇ ਜੀਵਤ ਹੀ ਸੱਚਖੰਡ ਚਲੇ ਗਏ ਸੀ ਸੱਚਖੰਡ ਜਾਂਦੇ ਹੋਏ ਰਸਤੇ ਵਿੱਚ ਬਹਤਰਨੀ ਨਦੀ ਦੇ ਕੋਲ ਜਾ ਕੇ ਖੜੇ ਹੋਏ ਤਰਮਰਾਏ ਨੇ ਅਕਾਲ ਪੂਰਕ ਦੇ ਹੁਕਮ ਨਾਲ ਆਪਣੇ ਸੇਵਕਾਂ ਨੂੰ ਕਿਹਾ ਜੇ ਰਾਜਾ ਪੁੱਛੇ ਮੇਰਾ ਪਰਿਵਾਰ ਕਿੱਥੇ ਹੈ ਤਾਂ ਤੁਸੀਂ ਕਹਿਣਾ ਨਰਕਾਂ ਵਿੱਚ ਹਨ ਰਾਜੇ ਉਦਿਸ਼ਠੀਰ ਨੇ ਪੁੱਛਿਆ ਮੇਰਾ ਪਰਿਵਾਰ ਕਿੱਥੇ ਹੈ ਉਹਨਾਂ ਨੇ ਕਿਹਾ ਨਰਕਾਂ ਵਿੱਚ ਹੈ ਰਾਜੇ ਨੇ ਕਿਹਾ ਮੈਨੂੰ ਵੀ ਨਰਕਾਂ ਵਿੱਚ ਲੈ ਚੱਲੋ ਉਹਨਾਂ ਨੇ ਕਿਹਾ ਸਾਡੇ ਕੋਲ ਤਾਕਤ ਨਹੀਂ ਹੈ ਅਸੀਂ ਆਪ ਜੀ ਨੂੰ ਨਰਕਾਂ ਵਿੱਚ ਜਾਣ ਲਈ ਕਹੀਏ

ਕੁੰਡ ਠੰਡਾ ਹੋ ਗਿਆ ਜਿਹੜੀ ਅਗਰ ਨਾਲ ਨਰਕਾਂ ਦੇ ਜੀਵ ਸੜ ਰਹੇ ਸੀ ਉਹਨਾਂ ਦੀ ਸੜਨ ਖਤਮ ਹੋ ਗਈ ਹਹਾਕਾਰ ਕਰਦੇ ਹੋਏ ਜੀਵ ਸਭ ਚੁੱਪ ਹੋ ਗਏ ਧਰਮ ਰਾਜ ਵੀ ਆ ਗਿਆ ਰਾਜੇ ਅਦਿਸ਼ਟੀ ਨੇ ਕਿਹਾ ਸਾਰੇ ਨਰਕਾਂ ਦੇ ਜੀਵ ਛੱਡ ਦੇਵੋ ਨਹੀਂ ਤੇ ਮੈਂ ਵੀ ਨਰਕਾਂ ਵਿੱਚ ਲਵਾਂਗਾ ਰਾਜੇ ਦੇ ਕਹਿਣ ਤੇ ਧਰਮਰਾਜ ਨੇ ਸਭ ਨਰਕੀ ਛੱਡ ਦਿੱਤੇ ਆਪਣੇ ਪਿਤਨਾ ਕਰਕੇ ਸਭ ਨਰਕੀ ਨਰਕਾ ਵਿੱਚੋਂ ਕੱਢੇ ਨਰਕੀਆਂ ਨੂੰ ਰਾਜੇ ਨੇ ਕਿਹਾ ਤੁਸੀਂ ਕਹਿਣਾ ਅਸੀਂ ਬੈਕੁੰਡ ਵਿੱਚ ਬੈਠੇ ਹਾਂ ਜਿੰਨੀ ਦੇਰ ਮੈਂ ਤੁਹਾਡੇ ਕੋਲ ਹਾਂ ਓਨੇ ਦੇਰ ਤੁਸੀਂ ਨਰਕਾ ਤੋਂ ਬਾਹਰ ਹੋ ਜਦੋਂ ਮੈਂ ਚਲਾ ਗਿਆ ਇਹ ਤੁਹਾਨੂੰ ਨਰਕਾ ਵਿੱਚ ਲੈ ਜਾਣਗੇ ਇਸ ਲਈ ਤੁਸੀਂ ਸਾਰੇ ਮੇਰੇ ਨਾਲ ਬੈਕੁੰਠ ਨੂੰ ਚਲੋ ਜਿਹੜੇ ਨਰਕੀ ਸੀ ਉਹ ਕਹਿਣ ਲੱਗੇ ਅਸੀਂ ਤੇ ਇੱਥੇ ਹੀ ਰਵਾਂਗੇ ਰਾਜੇ ਨੇ ਕਿਹਾ ਮੈਂ ਕੀ ਕਰਾਂ ਤੁਹਾਡੇ ਕਰਮ ਤੁਹਾਨੂੰ ਇੱਥੇ ਇੱਥੋਂ ਜਾਣ ਨਹੀਂ ਦੇ ਰਹੇ ਰਾਜਾ ਯਦਿਸ਼ਠੀਰ ਵਿਵਾਰਨਾ ਤੇ ਬਿਵਾਰਨਾ ਤੇ ਬੈਠ ਕੇ ਵੈਕੁੰਠ ਨੂੰ ਚਲੇ ਗਏ ਭਗਵਾਨ ਜੀ ਦਾ ਦਰਸ਼ਨ ਕੀਤਾ ਅਰਜ ਕੀਤਾ ਅਰਜ ਕੀਤੀ ਜੇਕਰ ਇਹਨਾਂ ਨੂੰ ਨਰਕਾਂ ਵਿੱਚੋਂ ਕੱਢਣਾ ਸੀ ਫਿਰ ਇਹਨਾਂ ਨੂੰ ਨਰਕਾਂ ਵਿੱਚ ਕਿਉਂ ਪਾਉਣਾ ਸੀ ਭਗਵਾਨ ਜੀ ਨੇ ਬਚਨ ਕੀਤਾ 70 ਜਾਮੇ ਭਗਤਾਂ ਦੇ 14 ਸਤਗੁਰੂ ਰਾਏ ਜਿਹੜਾ 12ਵਾਂ ਜਾਮਾ ਹੋਵੇਗਾ ਉਹ ਚਾਰਖਰਾ ਮੰਤਰ ਵਰਤਾਵੇਗਾ ਸੋ ਕਾਲਯੁਗ ਮੇ ਮੋਖ ਨੂੰ ਪ੍ਰਾਪਤ ਕਰੇਗਾ ਜੋ ਇਸ ਮੰਤਰ ਨੂੰ ਸੁਣ ਲਵੇਗਾ ਉਸ ਨੂੰ ਨਾਨਕ ਨਾਮ ਦੀ ਮੂਰਤੀ ਸਮਝਣਾ ਜਿਹੜੇ ਰਾ ਜਿਹੜੇ ਰਾਜਾ ਜਨਕ ਦੇ ਨੇ ਨਰਕਾ ਵਿੱਚੋਂ ਕੱਢੇ ਸੀ ਤੇ ਤੇਰੇ ਨਰਕਾ ਵਿੱਚੋਂ ਕੱਢੇ ਹੋਇਆਂ ਨੂੰ ਮੰਤਰ ਦੇ ਕੇ ਗੁਰੂ ਜੀ ਪਲਾ ਕਰਨਗੇ ਜੋ ਜੋ ਇਸ ਮੰਤਰ ਨੂੰ ਸੁਣ ਲਵੇਗਾ ਉਸ ਉਸ ਦੀ ਉਸ ਉਸ ਦੀ ਕਲਿਆਣ ਹੋਵੇਗੀ ਜੀਵਨ ਮੁਕਤੀ ਨੂੰ ਪ੍ਰਾਪਤ ਹੋਵੇਗਾ अकाल पुरख कृष्ण जी ने बारहवें जामे ले पहला ही हुक्म कर दिता सी इसलिए हर गुरु लई पहला ही हुक्म हो जाता है इसलिए गुरु हुक्म गुरु हुक्म बनता है गद्दी ते बैठ के गुरु नहीं बनता ये सारी साखी सतगुरु बिलास ग्रंथ विचों लई गई है धन धन श्री सतगुरु राम सिंह सच्चे पातशाह जी महाराज सत श्रीअकाल